ਚਕਾਰਾ ਪਾਉਣਾ ਹਰੀ ਬਾਬਾ ਜੀ ਦਾ ਚਕਾਰਾ ਦੂਦਾ ਤਾਰੀ ਬਾਬਾ ਜੀ ਦਾ ਸਮਾਂ ਬੀਤਿਆ ਫਿਰ ਸਲੇਰਨ ਤਾਂ ਬਾਬਾ ਜੀ ਦੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੈ ਨਾ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਭਵਨ ਵੱਡਾ ਹੁੰਦਾ ਗਿਆ ਸੰਗਤ ਵੱਧਦੀ ਗਈ ਉੱਥੇ ਇੱਕ ਬ੍ਰਿਕਸ਼ ਹੁੰਦਾ ਸੀਗਾ ਸੁੱਕਾ ਆ ਉਹਨੂੰ ਕੋਈ ਪੱਤਾ ਨਹੀਂ ਸੀ ਹੁੰਦਾ ਜਦੋਂ ਅਸੀਂ ਉਹਦੇ ਥੱਲੇ ਬੈਠ ਕੇ ਤਾਂ ਸਤਸੰਗ ਸੁਣਾਉਣਾ ਗਰਮੀ ਬੜੀ ਹੋਣੀ ਤਾਂ ਉਹ ਦੋ ਤਿੰਨਾਂ ਦਿਨਾਂ 'ਚ ਇੰਨਾ ਹਰਾ ਹੋ ਗਿਆ ਬੋਹੜ ਨਾਲੋਂ ਜ਼ਿਆਦਾ ਘਣਾ ਛਾਂ ਹੀ ਬਹੁਤ ਹੋ ਗਈ ਉਹਦੀ ਉਹਨੇ ਸਾਰਿਆਂ ਨੂੰ ਲਪੇਟ ਲਿਆ ਸਮਾਂ ਬੀਤਿਆ ਇੱਦਾਂ ਬਾਬਾ ਜੀ ਦੇ ਰੌਣਕਾਂ ਲੱਗਣੀਆਂ ਸ਼ੁਰੂ ਹੋਈਆਂ ਇੱਕ ਦਿਨ ਲੰਗਰ ਚੱਲਦਾ ਪਿਆ ਜੇਠਾ ਐਤਵਾਰ ਦਾ ਦਿਨ ਰਸ਼ ਬੜਾ ਅਤੇ ਸਾਡੇ ਕੋਲ ਉਸਲੇ ਪਾਣੀ ਦੀ ਵਿਵਸਥਾ ਨਹੀਂ ਸੀ ਹੁੰਦੀ ਕੋਈ ਬੋਲੀ ਦੀ ਵਿਵਸਥਾ ਨਹੀਂ ਸੀ ਹੋਈ ਅਤੇ ਪਾਣੀ ਸਾਰਾ ਸਿਰਾਂ 'ਤੇ ਢੋਂਦੀਆਂ ਸੀ ਕੁੜੀਆਂ ਅਤੇ ਮੁੰਡੇ ਕੈਨਾਂ ਵਿੱਚ ਪਾਣੀ ਆਉਂਦਾ ਹੁੰਦਾ ਸੀ 35-35 ਲੀਟਰ 25 ਲੀਟਰ ਪਾਣੀ ਚੁੱਕ ਚੁੱਕ ਕੇ ਨਿਆਣੇ ਲਿਆਉਣਾ ਇੱਕ ਕੋਈ ਮੁੰਡਾ ਬੋਡੀ ਬਿਲਡਰ ਆਇਆ ਬਹੁਤ ਵੱਡੇ ਵੱਡੇ ਡੋਲੇ ਉਹਦੇ ਕਿਉਂਕਿ ਉਹ ਬਾਹਰੋਂ ਫਿੱਟ ਸੀਗਾ ਐਕਸਰਸਾਈਜ਼ ਬਹੁਤ ਕਰਦਾ ਸੀ ਤਾਂ ਉਸਲੇ ਛੋਟੇ ਛੋਟੇ ਬੱਚੇ ਸੀ ਜੋਤੂ ਮੋਤੂ ਨਾਂ ਦੇ ਪਿੰਡ ਦੇ ਉਹ 35 ਲੀਟਰ ਦਾ ਪਾਣੀ ਕੈਨ ਭਰ ਕੇ ਮੋਢਿਆਂ 'ਤੇ ਰੱਖ ਕੇ ਦੌੜੇ ਆਉਂਦੇ ਹਵਾ ਵਾਂਗੂ ਕਿ ਬਾਬਾ ਜੀ ਦੇ ਭਗਤ ਸਿੰਘ ਉਹਨਾਂ ਨੇ ਨਾਲ ਹੋ ਕੇ ਸੇਵਾ ਕੀਤੀ ਅੱਜ ਉਹਨਾਂ ਨੂੰ ਵੀ ਬਾਬਾ ਜੀ ਤਾਰਤਾ ਦੋਨੇ ਬੱਚੇ ਬਾਹਰਲੇ ਮੁਲਕਾਂ 'ਚ ਅਤੇ ਇੱਕ ਬੋਡੀ ਬਿਲਡਰ ਮੁੰਡਾ ਆਇਆ ਉਹਨਾਂ ਨੂੰ ਦੇਖ ਕੇ ਮਜ਼ਾਕ ਜਿਹਾ ਕਰਨ ਲੱਗ ਪਿਆ ਕਹਿੰਦਾ ਮੈਂ ਦੋਨੇ ਕੈਨ ਲੈ ਕੇ ਚੜ ਜੂੰ ਇੰਨੇ ਨੂੰ ਉਹਨੇ ਕੈਨ ਨੂੰ ਹੱਥੇ ਹੀ ਪਾਇਆ ਉਹ ਤੋਂ ਕੈਨ ਧਰਤੀ ਤੋਂ ਨਹੀਂ ਚੁੱਕ ਹੋਇਆ ਮੈਂ ਉੱਥੇ ਇੱਦਾਂ ਖੜ੍ਹਾ ਦੇਖਦਾ ਪਿਆ ਹੋਰ ਸੰਗਤ ਦਿਖਦੀ ਪਈ ਆ ਅਸੀਂ ਸੋਚਿਆ ਕੋਈ ਨਾ ਕੋਈ ਗੱਲ ਹੋਈ ਆ ਉੱਥੇ ਸ਼ਾਂਤੀ ਦਾ ਸਨਾਟਾ ਛਾ ਗਿਆ ਇਹ ਜਿਹੜਾ ਮੇਨ ਗੇਟ ਵਾ ਉਸ ਬੰਦੇ ਕੋਲ ਬੋਡੀ ਬਿਲਡਰ ਤੋਂ ਕੈਨ ਚੁੱਕ ਨਹੀਂ ਹੋਇਆ ਪਾਣੀ ਦਾ ਮੋਢੇ 'ਤੇ ਤਾਂ ਕੀ ਰੱਖਣਾ ਧਰਤੀ ਤੋਂ ਨਹੀਂ ਚੁੱਕ ਹੋਇਆ ਬਲਕਿ ਉਹ ਖੂਹ ਤੋਂ ਲੈ ਕੇ ਆਏ ਬੱਚੇ ਉਹਨਾਂ ਦੀ ਉਮਰ ਛੋਟੀ ਆ ਉਹ ਬਾਬਾ ਹੀ ਆਪਣੀ ਸ਼ਕਤੀ ਨਾਲ ਹੀ ਲੰਗਰ ਲਵਾਇਆ ਸੀਗਾ ਅਤੇ ਪਾਣੀ ਆਉਣਾ ਅਤੇ ਉਸ ਦਾ ਸੰਗਤ ਜ਼ਿਆਦਾ ਵੱਧ ਗਈ ਪਾਣੀ ਸਾਡੇ ਕੋਲ ਘੱਟ ਗਿਆ ਭਾਂਡੇ ਵੀ ਧੋਣੇ ਹੁਣ ਲੰਗਰ ਵੀ ਬਣਾਉਣਾ ਇੱਕ ਛੋਟਾ ਜਿਹਾ ਹੀ ਲੈਂਟਰ ਪਾ ਚੁੱਕੇ ਸੀਗੇ ਹਲੇ ਤਾਂ ਉਹਦੇ ਉੱਤੇ ਅਸੀਂ ਉਹਨੂੰ ਧੋ ਲਈਦਾ ਹੁੰਦਾ ਸੀ ਜੇ ਮੀਂਹ ਪੈਣਾ ਤਾਂ ਉਹਦੇ ਮੀਂਹ ਦਾ ਪਾਣੀ ਇਕੱਠਾ ਕਰਕੇ ਉਹਦੇ ਨਾਲ ਲੰਗਰ ਲਾਉਂਦੇ ਹੁੰਦੇ ਸੀ ਕਿਸੇ ਵੇਲੇ ਉਹੀ ਸੰਗਤ ਨੂੰ ਪੜਾ ਉਹਨਾਂ ਨੂੰ ਪਾਉਣ ਲਈਦਾ ਸੀਗਾ ਹੁਣ ਇੱਕ ਇਹੋ ਜਿਹਾ ਦਿਨ ਆਇਆ ਖੁਸ਼ੀਆਂ ਭਰਿਆ ਬਹੁਤ ਵੱਡਾ ਕੌਤਕ ਹੋਇਆ ਸਲੇਰਨ ਥਾਂ ਗੋਰੇ ਆ ਗਏ ਦੋ ਅੰਗਰੇਜ਼ ਇੱਕ ਅੰਗਰੇਜ਼ ਲੜਕੀ ਅਤੇ ਇੱਕ ਲੜਕਾ ਸਿਰ 'ਤੇ ਜਟਾਵਾਂ ਬੜਾ ਸੁੰਦਰ ਰੂਪ ਉਹਨਾਂ ਦੇ ਇੱਦਾਂ ਬੜੇ ਕੁੜਤੇ ਪਾਏ ਸੀਗੇ ਉਹਨਾਂ ਨੇ ਉਹਨਾਂ ਉੱਤੇ ਓਮ ਓਮ ਲਿਖਿਆ ਹੋਇਆ ਸੀਗਾ ਅਤੇ ਉਹ ਇੰਗਲਿਸ਼ ਬੋਲਦੇ ਹੁਣ ਸਾਨੂੰ ਕਿਸੇ ਨੂੰ ਇੰਗਲਿਸ਼ ਆਉਂਦੀ ਨਹੀਂ ਮੰਦਰ ਵਿੱਚ ਕਿਸੇ ਨੂੰ ਵੀ ਨਹੀਂ ਇੰਗਲਿਸ਼ ਬੋਲਣੀ ਆਉਂਦੀ ਉਸ ਲਈ ਪਰਵੇਜ਼ ਭਾਅ ਜੀ ਵੀ ਨਾਲ ਸੀਗੇ ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਭਾਅ ਜੀ ਤੁਸੀਂ ਬੋਲੋ ਤੁਸੀਂ ਬੋਲੋ ਕੋਈ ਗੱਲ ਕਰੋ ਕੋਈ ਨਾ ਕੋਈ ਗੱਲ ਕਰੋ ਇਹਨਾਂ ਨਾਲ ਪੁੱਛੋ ਕਿੱਥੋਂ ਆਏ ਕਿਹੜੀ ਕੰਟਰੀ 'ਚੋਂ ਆਏ ਹਾਂ ਕਿਸੇ ਨੂੰ ਵੀ ਨਾ ਸਮਝ ਲੱਗੇ ਜਿੰਨੀ ਜਿੰਨੀ ਇੰਗਲਿਸ਼ ਆਉਂਦੀ ਸੀ ਉਨੇ ਸਾਰੇ ਜਾਣੇ ਬੋਲਦੇ ਗਏ ਪਰ ਉਹ ਸਵੇਰ ਤੋਂ ਲੈ ਕੇ ਸੂਰਜ ਛਿਪਣ ਤੱਕ ਸਾਡੇ ਨਾਲ ਰਹੇ ਇੱਕ ਟਾਈਮ ਆਇਆ ਕੁਟੀਆ ਵਿੱਚ ਉਹ ਮੇਰੇ ਕੋਲ ਆ ਕੇ ਬੈਠ ਗਏ ਜਿੱਦਾਂ ਹੀ ਸਾਡੇ ਕੋਲ ਕੁਟੀਆ ਵਿੱਚ ਬੈਠੇ ਤਾਂ ਕੁਟੀਆ ਦਾ ਮਾਹੌਲ ਬੜਾ ਸ਼ਾਂਤ ਹੋ ਗਿਆ ਇੱਕ ਕਿਸੇ ਦਾ ਬੱਚਾ ਆਇਆ ਬਿਮਾਰ ਸੀ ਉਹ ਬੱਚਾ ਰੁੜਦਾ ਸੀਗਾ ਤੁਰਦਾ ਨਹੀਂ ਸੀ ਉਹ ਬੱਚਾ ਬਹੁਤ ਬਿਮਾਰ ਸੀ ਅਤੇ ਹੁਣ ਜਿਹੜਾ ਅੰਗਰੇਜ਼ ਮੁੰਡਾ ਹੁੰਦਾ ਉਹ ਬੜਾ ਜੰਗ ਯੋਧਾ ਉਹਨੇ ਉਹਨੂੰ ਚੱਕ ਕੇ ਦਾ ਖਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੱਚਾ ਹੈ ਨਾ ਜਿੱਦਾਂ ਪਹਿਲਾਂ ਰੋਂਦਾ ਸੀ ਉਹ ਠੀਕ ਹੋ ਗਿਆ ਤੁਰਨ ਫਿਰਨ ਲੱਗ ਪਿਆ ਉਹ ਜਿੱਦਾਂ ਰੋੜਨ ਲੱਗ ਪਿਆ ਸਹੀ ਤਰੀਕੇ ਨਾਲ ਤਾਂ ਉਹਦੀ ਮਾਂ ਬੜੀ ਹੈਪੀ ਹੋਈ ਉਹ ਹੁਣ ਜਿਹੜੀ ਅੰਗਰੇਜ਼ ਲੜਕੀ ਆ ਉਹ ਬੱਚਾ ਫਿਰ ਉਹ ਚੱਕ ਕੇ ਉਹਨੂੰ ਘੁਮਾਉਂਦੀ ਰਹੀ ਸਾਰਾ ਦਿਨ ਉਹਨੇ ਬੱਚਿਆਂ ਨਾਲ ਇੱਦਾਂ ਟਾਈਮ ਸਪੈਂਡ ਕੀਤਾ ਕਦੇ ਇੱਧਰ ਜਾਣਾ ਕਦੇ ਇੱਧਰ ਜਾਣਾ ਅਤੇ ਰੌਣਕਾਂ ਲੱਗੀਆਂ ਰਹੀਆਂ ਸਾਰੇ ਜਾਣੇ ਉਹਨਾਂ ਅੰਗਰੇਜ਼ਾਂ ਨੂੰ ਦੇਖੀ ਜਾਣ ਹਾਸੇ ਮਜ਼ਾਕ ਚੱਲਦੇ ਪਏ ਆ ਕੀਰਤਨ ਵੀ ਹੋ ਰਿਹਾ ਲੰਗਰ ਵੀ ਚੱਲੇ ਜਾਂਦਾ ਜਦੋਂ ਸ਼ਾਮ ਪਈ ਉੱਥੇ ਰਾਤ ਉਸ ਟਾਈਮ ਕੋਈ ਰੁਕਦਾ ਨਹੀਂ ਸੀ ਹੁੰਦਾ ਉਹਨਾਂ ਟਾਈਮਾਂ 'ਚ ਅਸੀਂ ਵੀ ਨਹੀਂ ਸੀ ਰਹਿੰਦੇ ਹੁੰਦੇ ਇਹ ਸਟਾਰਟਿੰਗ ਦੀਆਂ ਗੱਲਾਂ ਸਲੇਰਨ ਤਾਂ ਕੋਈ ਵੀ ਬੰਦਾ ਨਹੀਂ ਸੀ ਰਹਿੰਦਾ ਹੁੰਦਾ ਸਾਰੇ ਜਾਣੇ ਸ਼ਾਮ ਨੂੰ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਸੀ ਲੰਗਰ ਜੇਠੇ ਐਤਵਾਰ ਚੱਲਦਾ ਸੀ ਪਾਣੀ ਦੀ ਵਿਵਸਥਾ ਨਹੀਂ ਸੀ ਬਿਜਲੀ ਵੀ ਨਹੀਂ ਸੀ ਹੁੰਦੀ ਅਤੇ ਹੁਣ ਉਹ ਜਿਹੜਾ ਅੰਗਰੇਜ਼ ਲੜਕਾ ਅਤੇ ਲੜਕੀ ਜਦੋਂ ਸ਼ਾਮ ਪਈ ਸੂਰਜ ਛਿਪਣ ਵਾਲਾ ਹੋ ਗਿਆ ਅਤੇ ਉਹਨਾਂ ਨੇ ਮੈਨੂੰ ਇੱਦਾਂ ਕੁਛ ਪੁੱਛਿਆ ਇੰਗਲਿਸ਼ ਵਿੱਚ ਨਾ ਮਾੜੀ ਮੋਟੀ ਮੈਨੂੰ ਸਮਝ ਲੱਗੀ ਜਿੱਦਾਂ ਬੱਚੇ ਪਾਣੀ ਲੈਣ ਜਾਂਦੇ ਹੁਣ ਸੂਰਜ ਛਿਪਣ ਵਾਲਾ ਆ ਹੈ ਨਾ
वो कहिंदे कित्थे जांदे जाणी है ना, हुण इंग्लिश च बोलिया है ना, पर मैनूं इन्नी समझ नहीं लगी। आइडिया ला लिया मैं क्या है ना, जदों वाटरलैंड जांदे आ कि बहुत लोंग डिस्टेंस है इत्थों ना, कि जिहड़ी बाबा जी दी जिहड़ी हार्ड भगती है बहुत ज़्यादा, जिन्नी कि मैनूं इंग्लिश आउंदी सी ना, मैं कहा बहुत जिद्दां स्ट्रोंग आ इह कि रब है ना, भगवान किसी नूं बाबा जी लैन च इदां परमात्मा वाली लैन च ना पावे, कि इह बड़ा औखा है ना। मैं कहा कई कोई कहिंदे जिद्दां हुण कोई कहिंदे है ना जी ये दादा आ, कोई कहिंदे ये बाबा आ, है ना। मैं कहा उधर उसले एक कोई बड़ा कोई एक्टर सीगा उहदा बड़ा रौला जिहा पिया, कहिंदे दादागिरी करदा दादागिरी करदा। मैं कहा पिंड दे मैनूं कई कहिंदे बाबागिरी करदा बाबागिरी करदा साडे पिंड च आ के। मैं कहा गिरी शब्द ही बड़ा औखा, वह कहिंदे दादागिरी है कहिंदे बाबागिरी है। मैं कहा बाबा जी मैं तो तेरा भगत हाँ, मैं हूँ गोरियां नूं पंजाबी च कह रहा उन्हां नूं इदां ही। मैं कहा बड़ी हार्ड लाइफ आ, मैं कहा उदां ही लोग मैनूं कई कहिंदे बाबागिरी करदा है। मैं कहा मैं तां इत्थे प्रेम करके आया, पानी भी है नहीं बत्ती भी है नहीं, फिर भी लोग बुरा कहिंदे आ। तो भाजी सुनते रहे, तो जिहड़ी अंग्रेज लड़की हुंदी उह कहिंदी मेरा जिहड़ा हसबैंड आ कहिंदी वैरी स्ट्रोंग आ, कहिंदी तुसीं इहनूं भेजो पानी लैण। मैं इशारा दिता कहिंदी कैन चुक है ना गो है ना। मैं उहनूं कहिंदा वैरी हार्ड आ। मैं कहा नहीं, मैनूं इह सी कि साडे गैसट आए अंग्रेज, कहिंदा तुहानूं थोड़ा पानी ढोआना, असीं आप सेवा कर लवांगे। पर वो लेडीज़ कही जाती वैरी स्ट्रोंग आ, तुसीं टेंशन ना लो, वो कहिंदी वर्ल्ड में स्ट्रोंग आ, कहिंदी सब तो ज़्यादा, कहिंदी इहनूं जाण दो। वो तो बेचारी बोली जाती सानूं समझ नहीं लगती, उहने भेज दिता जी इहनूं अंग्रेज़ ने, वो पानी लैण चला जांदा। भाजी एक कैन लैके आया मगर पानी पानी हो गया साढ़े तो भवन से, वाटर ही वाटर हो गया। उस दिन जिदा बहुत खुशी का माहौल हो गया, जो पानी लैके आया है ना अंग्रेज गोरा मुंडा, होर कई मुंडे तुर पे नाल, जां तां गोरियां करके तुर पे, कोई चमत्कार हो गया जाने। वो गोरे भी पानी लैन चल गई, सारे ही पानी ढोन लग पाए जाने जी, पानी की खुशी की लहर चल गई। हुण कई पैसे चढ़न तो खुश होंदे ना मंदिर च, कि पैसे चढ़न। मैं बाबा जी कहना कि हे बाबा जी मैं थोड़ा ना गला खोलना तो ना पैसे गिरने हैं सानू आना। मैं कहा लंगर लाना चाहता पर पानी है नहीं, उधर पानी बहुत बढ़ गया, असी पानी नाल ही खुश हो गए। कई संत साधु पैसे ना भी नहीं खुश होंगे, हीरे चढ़ाता जवाहरात चढ़ाता सोना चढ़ाता भी खुश, पानी आने खुशी इन्नी हो गई मैं भंगड़ा पाउन लग पाया खुशी से, बहुत हैप्पी मैं भी होया, वह भी हैप्पी हो गया, गोरे भी नचण लग पाए गोरी भी नचण लग पे, सारे जी ढोलकी चमटे बजे, शाम को सूरज छिप गया तो कीर्तन शुरू हो गया, भंगड़े बड़े पे वह भी नची जाते भाई छड़ना। जदों हुण थल्ले नूं तुर के गए हैं उसले जिथे साडे पकौड़िया का लंगर चलता उत्थे पत्थर रखे होंगे सी, पौड़ियां होंदिया सी, सैकल भी नहीं सी आ सकता मंदिर गुफा में, सलेरन धाम गुफा तक सैकल भी नहीं आता होंगे, कोई मोटरसाइकिल भी नहीं आता, तुर के ही आते होंगे कि थले पत्थर दी पौड़ियां बनिया होंगे सी। उत्थों दी तुर के जा रहे हैं तो जिहड़ा अंग्रेज मुंडा हुंदा ना, हुण असीं मुड़ना हैगा आ सलेरन पिंड वल नूं, उहड़े खूह हुंदे सी थले खब्बे पासे, खूह तों उहनां ने रोड वल नूं जाणा, सानूं पता नहीं किधर आए हो। उह इदां इशारा दित्ता कहिंदे इदां जाणा सी, उहनां ने मेरी इदां पिठ ते इदां मुंडे ने इदां थापी जी मारी अंग्रेज ने। उह कहिंदा वी जिहड़ा लंगर बणाया कहिंदा अज्ज बहुत सवास है, हुण पंजाबी बोली उन्हें इदां ही, मैनूं कहिंदा जिहड़ा तू लंगर बनाया ना इदां ही सेवा करी, कहिंदा लंगर तेरा बहुत सवास है, कहिंदा आत्मा तृप्त हो गई, पूरी प्रोपर पंजाबी बोली, एक भी अक्खर नहीं मिस होया। तो वह गोरी भी कहन लगी कहिंदी थोड़ा बहुत धन्यवाद, कहिंदी लंगर बहुत असीं आनंद नाल खाधा, कहिंदी उसले सोझी नहीं आई। तो जानू वह भाई सज्जे पासे तुर पाए, असं खब्बे पासे चल पाए, की खेल बाबा जी देखा, असं जी टैंकी है हम उपर टैंकी उदो होंगी नहीं सी, उ जो टॉप पर आए मैं सोहन बापा जी ने इदा होर भगतान दीप हाँ सारे ला पै कहना, मैं क्या यार अंग्रेज पंजाबी बोलता है, मैं चलो दोबारा चलिए उन्होंने लभन, मैं बहुत वधिया पंजाबी बोलते हो, नाइस बोलिया पंजाबी इदा है ना, ये कहते सुने दसी भी है। असी जो उन्होंने लभण गए वह गैब हो गए जी, उतों अदृश्य हो गए। उस रात हम सुपने में बाबा जी आते मेरे, सानू जो दर्शन हुए फिर बाबा ने कहा सवेरे तुम होना हम बौली का उद्घाटन करो कि जिते तुम साडा झोली चमटा रख दोगे उत्थे पानी पानी हो जाएगा, कि महादेव कह गए
कौन तुसी ना भोलेनाथ की भगती करो। बाबा जी हुण सुपने च कहिंदे कहिंदे महादेव आए सी तुहाडे कोल, जदां मेरे तो बोल नहीं हो रहा शब्द हो। बाबा जी कहिंदे कि माता पार्वती ते भोलेनाथ आए सी जठिया तों, सारा दिन तुहाडे नाल रहे। उन्होंने तुहाडी सच्ची भगती नूं देखदे होए कहा कि बौली पट्टो, पानी आऊगा तो यह दुध दीआं तारां चलूंगियां तो शिव गंगा बौली दे नाल यह धरती प्रसिद्ध हो जाऊगी। फिर सवेर नूं असीं उह फिर उहदा उद्घाटन कीता। जाने समय समय अनुसार परमात्मा आउंदा हैगा पर बंदा ही नहीं पहचान सकता। अज जिन्नी धरती उत्ते ब्रिक्ष लगे हुआ, घा लगा आ, पत्ते लगे आ, ये सारे परमात्मा ने इंसान लिए बनाए आ। पर इंसान हुण उहनूं खा के राजी नहीं, जोड़ा गॉड ने बनाया वह अपनियां चीज़ां बनाई जांदा। इस करके सोझी नहीं हैगी किसी नूं। इदां समय समय अनुसार भगवान जरूर आउंदा। फिर देख लो फिर बाबा जी की बौली बननी शुरू हुई। हुण सानूं भी तां हुक्म ही आया, फिर बौली बनाई। फिर हुण बाबा जी हैगा दूधाधारी, बाबा जी ने मदद की, गंगा माता नूं आना पै गया। फिर मैं इदां गंगोत्री यात्रा की। ये कहना ही सौखा आ, करना बड़ा औखा। पत्थरों में पानी देता उन्होंने सानू, अज उत्थे करोड़ों ही लीटर जल उत्थों ही नहाते हैं, उत्थों ही पानी पीने, उहदे नाल बिल्डिंगां बन रही, उहदे नाल दुख दूर हो जाते हैं। तो उत्थे जिदा बड़िया बड़िया बीमारियों का नाश होंदा, जिदा किसी को कोई भूत चंबड़िया जां कोई बीमारी लगी है जां कोई स्किन प्रॉब्लम आ, वो सारियां भगवान ही ठीक करी जांदा। पर परमात्मा आउंदा हैगा, बंदा ही नहीं उहनूं पहचान सकदा। हुण पांडव आए आ, पांडवों तो किसी तो भी नहीं कृष्ण भगवान पहचान हो, भगवान नाल ही घूमते रहे सारा दिन रात, उन्होंने नाल ही रहिंदे पर उन्हें पहचान ही नहीं कर सके। इदां जदों जदों भी भगवान आया उन्होंने पहचान ही नहीं सकिया, वो पता ही बाद च लगता है कि जदों चला जाता, उस वेले सानूं ही बाद च पता लगा। अभी सोचा ही कोई 200-300 मीटर अगे जाके कोई तां पंजाबी बोलदे सी, सारा दिन पता ही नहीं लग्या। तो रात बाबा जी जे ना आते सन तां वी नहीं सी पता लगना। बाबा जी दस्सिया को महादेव ते पार्वती स्वयं आए आ कि भोलेनाथ हुण गंगा माँ कहणगे तो साढ़े ते जल आ जाऊगा, तो उस धरती का नाम शिव गंगा बौली नाल प्रसिद्ध हो रहा। जकारा पाउणा हरी आ बाबा।